साढ़े पूरा मोगा हल्के दे विच साढ़े इन्ने समाज सेवी दानी सज्जन है कि हर रोज़ हर हल्के दे लई हर पीड़ितों के लिए राशन की समगरी जा रही है। अज साडे मोगा विखे अग्रवाल सभा वालों मनजीत कंसल जी और नवीन जी वालों ऋषि जी वालों सारे साडे अग्रवाल सभा वालों जिहड़ा हड़ पीड़ितों के लिए असी नाभे अज राशन समगरी भेज रहे हैं। सो परमात्मा सब नू चढ़दी कला दे विच रखे और अरदास करते हैं कि पंजाब नू जल्दी जिहड़े हड़ पीड़ित साडे इलाके है उन्हां दे विचों उभरन, परमात्मा मेहर करन सारे पंजाब ते और पूरे साडे देश ते और साडे वीरां ने जिन्हां ने इस दे विच योगदान पाया, परमात्मा उन्हां नू उन्हां दे परिवारां नू तंदुरुस्तियां बख्शन ते होर तरक्कियां बख्शन ताकि इस तरह जिहड़ी समाज दी सेवा सारे करदे रहन। ਕਿੰਨੀ ਤਦਾਦ ਦੇ ਵਿੱਚ ਜਿਹੜਾ ਰਾਸ਼ਨ ਹੈ ਇਸ ਟਾਈਮ ਜਿਹੜਾ ਪਹੁੰਚਾ ਰਿਹਾ ਹੈ ਤੇ ਹੋਰ ਕਿੰਨੀ ਕੁ ਜ਼ਰੂਰਤ ਲੱਗ ਰਹੀ ਹੈ ਤੁਹਾਨੂੰ? ਸਾਡੇ ਅਸੀਂ ਜੀ ਜੋ ਅਸੀਂ ਕੱਲ੍ਹ ਤਕਰੀਬਨ 400 ਪਰਿਵਾਰਾਂ ਦੇ ਲਈ ਭੇਜਿਆ ਸੀਗਾ, ਪਹਿਲਾਂ ਅਸੀਂ ਲੋਹੀਆਂ ਭੇਜੇ ਆ ਸ਼ਾਹਕੋਟ ਏਰੀਏ ਵੱਲ, ਉੱਧਰ ਬਹੁਤ ਜ਼ਿਆਦਾ ਰਾਸ਼ਨ ਹੋ ਚੁੱਕਾ ਹੈ ਕਿਉਂਕਿ ਸਾਡੇ ਪੰਜਾਬ ਨੂੰ ਜਾਣਿਆ ਇਸ ਚੀਜ਼ ਕਰਕੇ ਜਾਂਦਾ ਕਿ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਪੂਰੀ ਦੁਨੀਆ ਦੇ ਵਿੱਚ ਚਾਹੇ ਕਿਤੇ ਵੀ ਕੋਈ ਬਿਪਤਾ ਆਵੇ ਪੰਜਾਬੀ ਹਮੇਸ਼ਾ ਖੜ੍ਹੇ ਰਹਿੰਦੇ ਆ ਔਰ ਸੇਵਾ ਦੇ ਵਿੱਚ ਸਭ ਤੋਂ ਅੱਗੇ ਹੁੰਦੇ ਆ। ਔਰ ਇਸੇ ਤਰ੍ਹਾਂ ਫਿਰੋਜ਼ਪੁਰ ਏਰੀਏ ਦੇ ਵਿੱਚੋਂ ਵੀ ਰਾਸ਼ਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਹਨਾਂ ਵੱਲੋਂ ਕਿਹਾ ਗਿਆ। ਸੋ ਪਟਿਆਲੇ ਅਸੀਂ ਗੱਲ ਕੀਤੀ ਹੈ, ਉੱਥੇ ਨਾਭੇ ਵਿਖੇ ਜ਼ਰੂਰਤ ਹੈਗੀ ਆ, ਉੱਥੇ ਭੇਜਿਆ। ਇੱਕ ਕੈਂਟਰ ਜਿਹੜਾ ਹੈਗਾ ਉਹ ਚਲਾ ਗਿਆ, ਇੱਕ ਕੈਂਟਰ ਹੋਰ ਜਾਣ ਵਾਲਾ ਹੈ। ਤਕਰੀਬਨ 500 ਪਰਿਵਾਰਾਂ ਵਾਸਤੇ ਜਾ ਰਹੇ ਜੀ। ਕੁਦਰਤੀ ਆਫਤਾਂ ਦੇਖਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਇਹ ਕੁਦਰਤੀ ਆਫਤਾਂ ਤੋਂ ਤਾਂ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਪਰਮਾਤਮਾ ਮਿਹਰ ਕਰਨ ਔਰ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਨੇ ਕੁਦਰਤੀ ਆਫਤਾਂ ਇਸ ਨਾ ਆਉਣ ਸਾਡੇ ਲੋਕਾਂ 'ਤੇ, ਕਿਉਂਕਿ ਜਿਹੜੇ ਦਰਿਆਵਾਂ ਦੇ ਕੰਢੇ 'ਤੇ ਲੋਕ ਬੈਠੇ ਆ ਉਹਨਾਂ ਦੇ ਲਈ ਵਾਰ ਵਾਰ ਬੱਸਣਾ ਵਾਰ ਵਾਰ ਉੱਜੜਨਾ ਬੜਾ ਮੁਸ਼ਕਿਲ ਹੋ ਜਾਂਦਾ। ਔਰ ਪਰ ਸਾਡੇ ਪੰਜਾਬੀ ਜਿਹੜੇ ਪੂਰੇ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਾਣੇ ਜਾਂਦੇ ਆ ਕਿ ਇੱਕ ਦੂਜੇ ਦੀ ਸਹਾਇਤਾ ਕਰਨ ਦੇ ਲਈ ਔਰ ਲੰਗਰ ਦੀ ਸੇਵਾ ਜਿਹੜੀ ਸਿਰਫ ਪੰਜਾਬ ਦੇ ਵਿੱਚ ਪੰਜਾਬੀ ਹੀ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਲੈ ਕੇ ਗਏ ਆ। ਸੋ ਉਹ ਸੇਵਾ ਪੰਜਾਬੀਆਂ ਦੇ ਖੂਨ ਦੇ ਵਿੱਚ ਵਸੀ ਹੋਈ ਆ। ਸੋ ਹਰ ਥਾਂ 'ਤੇ ਆਪਣੇ ਪੰਜਾਬੀਆਂ ਦੇ ਲਈ ਤਾਂ ਹਮੇਸ਼ਾ ਖੜ੍ਹੇ ਰਹਿੰਦੇ ਆ। ਸੋ ਇੱਕ ਦੂਜੇ ਦੇ ਨਾਲ ਆ ਆਪਣੇ ਭੈਣ ਭਰਾਵਾਂ ਦੇ। ਸੋ ਹਮੇਸ਼ਾ ਇੱਦਾਂ ਹੀ ਇੱਕ ਦੂਜੇ ਦੇ ਨਾਲ ਸਾਨੂੰ ਵੈਸੇ ਵੀ ਖੜ੍ਹੇ ਰਹਿਣਾ ਚਾਹੀਦਾ। ਹਾਂ, ਜੋ ਕਿ ਅਸੀਂ ਸਾਰੇ ਅਗਰਵਾਲ ਪਰਿਵਾਰ ਮੋਗੇ ਦੇ ਇਕੱਠੇ ਹਾਂ, ਕਿਤੇ ਵੀ ਦੁੱਖ ਦੀ ਘੜੀ ਹੋਵੇ, ਚਾਹੇ ਕਰੋਨਾ ਕਾਲ ਹੋਵੇ, ਚਾਹੇ ਹੜ੍ਹ ਹੋਵੇ, ਸਾਰੇ ਅਸੀਂ ਇੱਕ ਦੂਜੇ ਦੀ ਸੇਵਾ ਲਈ ਸਦਾ ਹਾਜ਼ਰ ਹਾਂ। ਤੁਹਾਡੇ ਵੱਲੋਂ ਰਾਸ਼ਨ ਭੇਜਿਆ ਗਿਆ, ਕੀ ਰਾਸ਼ਨ ਜਿਹੜਾ ਹੜ੍ਹ ਪੀੜਤਾਂ ਲਈ ਭੇਜਿਆ ਗਿਆ? ਅੱਜ ਅਸੀਂ 200 ਪਰਿਵਾਰਾਂ ਲਈ 2 ਗੱਡੀਆਂ ਅਸੀਂ ਭੇਜ ਰਹੇ ਹਾਂ, ਇੱਕ 200 ਇੱਕ 300 ਹੜ੍ਹ ਪੀੜਤਾਂ ਲਈ ਰਾਸ਼ਨ ਭੇਜ ਰਹੇ ਹਾਂ। 500 ਪਰਿਵਾਰਾਂ ਨੂੰ ਅਸੀਂ ਕਿੱਟ ਬਣਾ ਕੇ ਦਿੱਤੀ ਹੈ, ਜਿਹੜੇ ਦਾਲ ਆ, ਆਟਾ, ਸਾਬਣ ਆ, ਤੇਲ ਆ, ਟੁੱਥਪੇਸਟ ਆ, ਚਾਹ ਪੱਤੀ ਆ, ਦਾਲ ਹੈ, ਸਾਰਾ ਕੁਛ, ਆਲੂ ਹੈ, ਸਬਜ਼ੀਆਂ, ਲੂਣ ਮਿਰਚ ਮਸਾਲਾ ਸਾਰਾ ਕੁਛ ਹੈਗਾ ਅਤੇ ਉਹ ਅਸੀਂ ਉਹਨਾਂ ਲਈ ਦਿੱਤੀ ਹੈ, ਭੇਜ ਰਹੇ ਹਾਂ। ਅਸੀਂ ਰਾਸ਼ਨ ਭੇਜਿਆ ਹੈਗਾ ਤਕਰੀਬਨ 500 ਪਰਿਵਾਰਾਂ ਲਈ ਅਸੀਂ ਰਾਸ਼ਨ ਭੇਜਿਆ ਹੈਗਾ। ਉੱਥੇ ਹੁਣ MLA ਸਾਹਿਬ ਨੇ ਹਰੀ ਝੰਡੀ ਦੇ ਕੇ ਉਹਨੂੰ ਰਵਾਨਾ ਕੀਤਾ ਹੈਗਾ ਔਰ ਅਸੀਂ ਉਹਨਾਂ ਨੇ ਦੱਸਿਆ ਹੈਗਾ ਕਿ ਇੱਧਰ ਧਰਮਕੋਟ ਵਾਲੇ ਪਾਸੇ ਤਾਂ ਰਾਸ਼ਨ ਪੂਰਾ ਹੈਗਾ, ਨਾਭੇ ਉੱਥੇ MLA ਸਾਹਿਬ ਨਾਲ ਗੱਲ ਕੀਤੀ ਹੈਗੀ ਹੈ ਅਤੇ ਉੱਥੇ ਰਾਸ਼ਨ ਦੀ ਪੂਰੀ ਲੋੜ ਹੈਗੀ ਹੈ। ਅਸੀਂ ਗੱਡੀ ਹੁਣ ਸਿੱਧੀ ਉੱਥੇ ਨਾਭੇ ਭੇਜੀ ਹੈਗੀ ਹੈ ਜੀ। ਅਤੇ ਗੱਲ ਕਰੀਏ ਰਾਸ਼ਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਜ਼ਰੂਰਤ ਆ ਜਿਹੜੀ ਤੁਸੀਂ ਭੇਜੀ ਜਾ ਰਹੀ ਹੈ? ਦੇਖੋ, ਉਹਦੇ ਵਿੱਚ ਹਰ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਰਾਸ਼ਨ ਦੀ ਜਿਹੜੀ ਜ਼ਰੂਰਤ ਹੁੰਦੀ, ਦਾਲ, ਚਾਵਲ, ਆਟਾ, ਘਿਓ ਅਤੇ ਚੀਨੀ ਅਤੇ ਰਸ, ਬਿਸਕੁਟ ਅਤੇ ਹੋਰ ਇਹਦੇ ਤੇਲ ਹੈਗਾ, ਘਿਓ ਹੈਗਾ, ਇਸ ਤਰ੍ਹਾਂ ਦੇ ਆਈਟਮਾਂ ਜਿਹੜੀਆਂ ਪਰਿਵਾਰ ਦੇ ਵਿੱਚ ਜ਼ਰੂਰਤ ਹੈਗੀ ਹੈ, ਖਾਣ ਪੇਸਟ ਹੈਗੀ ਹੈ, ਬਰੱਸ਼ ਹੈਗੇ ਆ, ਸਾਬਣਾਂ ਹੈਗੀਆਂ, ਇਸ ਤਰ੍ਹਾਂ ਦੀ ਆਈਟਮਾਂ ਕਈ ਅਸੀਂ ਪਾਈਆਂ ਹੈਗੀਆਂ। ਅਤੇ ਉਹ ਤੁਹਾਡੀ ਸੰਸਥਾ ਵੱਲੋਂ ਸਮਾਨ ਭੇਜਿਆ ਜਾ ਰਿਹਾ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਜ਼ਰੀਏ? ਦੇਖੋ, ਇਹ ਪਰਮਾਤਮਾ ਨੇ ਜਿਹੜਾ ਇਹ ਆਪਣੇ 'ਤੇ ਕਸ਼ਟ ਲਿਆਉਂਦਾ ਹੈਗਾ, ਅਸੀਂ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਵੀ ਜਿਹੜੀ ਇਸ ਤਰ੍ਹਾਂ ਦੀ ਇਹ ਲੋਕਾਂ ਦੇ ਉੱਤੇ ਭੀੜ ਨਾ ਪਵੇ, ਪਰਮਾਤਮਾ ਅੱਗੇ ਦੁਆ ਕਰਦੇ ਹਾਂ। ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਜਿਹੜਾ ਆਪਣਾ ਦਰਿਆ ਦੇ ਵਿੱਚ ਜਿਹੜੇ ਕਈਆਂ ਨੇ ਮਕਾਨ ਬਣਾ ਰੱਖੇ ਆ, ਕੱਚੇ ਪੱਕੇ ਝੁੱਗੀਆਂ ਵਾਲੇ ਵਿਚਾਰੇ ਬੈਠੇ ਆ ਜਿਨ੍ਹਾਂ ਨੂੰ ਰਸਤਾ ਨਹੀਂ ਮਿਲਦਾ, ਅਸੀਂ ਅਗਰਵਾਲ ਸਭਾ ਵੱਲੋਂ ਵੀ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਵਾਸਤੇ ਅਸੀਂ ਉਹਨਾਂ ਨੂੰ ਮਕਾਨ ਬਣਾ ਕੇ ਦਈਏ। ਅਸੀਂ ਬਹੁਤ ਹੀ ਜਲਦੀ ਇਹ ਫੈਸਲਾ ਕਰਾਂਗੇ। ਅਸੀਂ ਜਿਹੜੇ ਵੀ ਗਰੀਬ ਪਰਿਵਾਰ ਉੱਥੇ ਹੈਗੇ ਆ, ਜਿਹਦੇ 'ਚ ਸਾਨੂੰ DC ਸਾਹਿਬ ਮੋਗਾ, DC ਸਾਹਿਬ ਨੂੰ ਅਸੀਂ ਕੱਲ੍ਹ ਮਿਲ ਕੇ ਆਏ ਸੀ, ਉਹਨਾਂ ਨੇ ਸਾਨੂੰ ਦੱਸਿਆ ਵੀ 13 ਪਰਿਵਾਰ ਉੱਥੇ ਹੈਗੇ ਆ ਇਹੋ ਜਿਹੇ ਵੀ ਜਿਹੜੇ ਬਿਲਕੁਲ ਨਾਬਸਤ ਹੋ ਚੁੱਕੇ ਉਹਨਾਂ ਦਾ, ਅਤੇ ਅਸੀਂ ਉਹਨਾਂ ਲਈ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।